ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ। ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਮੈਂ ਸਿੱਖੀ ਅਤੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ। ਅਤੇ ਇੱਥੇ ਮੈਂ ਗਣੇਸ਼ ਦੇ ਬਾਰੇ ਦੱਸ ਰਿਹਾ ਸੀਗਾ। ਪਹਿਲੇ ਪਾਠ 'ਚ ਦੱਸਿਆ ਸੀ ਕਿ ਉਹਦਾ ਨੱਕ ਕਿਉਂ ਵੱਡਾ ਲਾਇਆ। ਫਿਰ ਹੈਗਾ ਵੀ ਜੇ ਗਣੇਸ਼ ਜਿਹੜਾ ਹੈਗਾ ਉਹ ਸ਼ਿਵ ਦਾ ਪੁੱਤਰ ਹੈਗਾ ਅਤੇ ਇਹ ਜਿਹੜਾ ਪਲਾਨਿਟ ਹੈਗਾ ਆਪਣੇ ਅਰਥ, ਇਹ ਸ਼ਿਵ ਦੇ ਪੁੱਤਰਾਂ ਲਈ ਹੈਗਾ, ਯਾਨੀ ਆਦਮ ਦੇ ਪੁੱਤਰਾਂ ਲਈ ਹੈਗਾ, ਸ਼ੈਤਾਨ ਦੇ ਪੁੱਤਰਾਂ ਲਈ ਨਹੀਂ ਹੈਗਾ। ਅਤੇ ਜਿਹੜਾ ਆਦਮੀ ਆਪਣੇ ਇਨਸਾਨ ਦਾ ਪੁੱਤਰ ਬਣੇਗਾ, ਯਾਨੀ ਆਪਣੀ ਕੌਮ ਨਹੀਂ ਭੁੱਲੇਗਾ, ਆਪਣੇ ਉਹ ਕੌਮ ਦਾ ਪੁੱਤਰ ਰਹੇਗਾ, ਉਹ ਇਸ ਦੁਨੀਆ 'ਚ ਅਮਨ ਚੈਨ ਨਾਲ ਰਹੇਗਾ। ਇਹਨੇ ਇਹੋ ਹੀ ਦੱਸਿਆ ਹੈਗਾ। ਜੀਸਸ ਨੇ ਇਹ ਕਿਹਾ ਹੈਗਾ ਵੀ ਜਿਹੜਾ ਪੌਦਾ ਮੇਰੇ ਬ੍ਰਹਮਾ ਹੈਵਨਲੀ ਫਾਦਰ ਨੂੰ ਬ੍ਰਹਮਾ ਕਹਿੰਦੇ ਨੇ, ਜਿਹੜਾ ਪੌਦਾ ਬ੍ਰਹਮਾ ਨੇ ਨਹੀਂ ਬੀਜਿਆ ਉਹ ਪੱਟਿਆ ਜਾਏਗਾ, ਯਾਨੀ ਕਿ ਜਿਹੜਾ ਇਨਸਾਨ ਦਾ ਪੁੱਤਰ ਦਾ ਅਤੇ ਜਿਹੜਾ ਸ਼ੈਤਾਨ ਦਾ ਹੋਏਗਾ ਉਹ ਮਰੇਗਾ। ਅਤੇ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਹੈਗਾ ਵੀ ਉਹ ਬੀਜ ਪਾਤਰ ਲੈ ਗਿਆ ਅਬ ਘਿਓ ਗਏ ਦਾਲ, ਯਾਨੀ ਕਿ ਜਿਹੜਾ ਆਪਣੇ ਇਨਸਾਨ ਆਪਣੇ ਬੀਜ ਨਹੀਂ ਭੁੱਲਿਆ ਉਹ ਪੱਤ ਲੈ ਗਿਆ ਹੈਗਾ। ਅਤੇ ਇਸ ਦੀ ਮੈਂ ਕਹਾਣੀ ਸੁਣਾਉਂਦਾ ਤੁਹਾਨੂੰ ਕਿ ਜਦੋਂ ਪਾਕਿਸਤਾਨ ਬਣਿਆ ਸੀ ਅਤੇ 2000 ਦਾ ਮਜਮਾ ਆਇਆ ਸੀ ਰਾਈਆਂ ਦਾ ਸਾਡੇ 'ਤੇ ਪਿੰਡ 'ਤੇ ਹਮਲਾ ਕਰਨ ਲਈ, ਅਤੇ ਜਦੋਂ ਮਰਾਸੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਤੁਹਾਡੇ 'ਤੇ ਹਮਲਾ ਕਰਦੇ ਨੇ, ਉਹਨੇ ਫਿਰ ਜ਼ੈਲਦਾਰ ਨੇ ਮਰਾਸੀ ਨੂੰ ਘੱਲਿਆ ਜਾ ਪਿੰਡ 'ਚ ਜਾ ਨੰਬਰਦਾਰ ਨੂੰ ਲੈ ਕੇ ਆ। ਉਹ ਫਿਰ ਮੇਰੇ ਫਾਦਰ ਅਤੇ ਉਹਦੇ ਬ੍ਰਦਰ ਚਲੇ ਗਏ ਅਤੇ ਜਦੋਂ ਉਹਨਾਂ ਨੇ ਦੱਸਿਆ ਕਿ ਅਸੀਂ ਜੱਟਾਂ ਨੇ ਮਰਨਾ ਅਤੇ ਤੁਸੀਂ ਅਰਾਈਆਂ ਨੇ ਮਰਨਾ ਅਤੇ ਨਾ ਸਿੱਖ ਪੈਦਾ ਹੋਇਆ ਅਤੇ ਮਰਿਆ, ਅਤੇ ਇਹ ਸਿੱਖ ਜਿਹੜਾ ਹੁੰਦਾ ਹੈਗਾ ਇਹ ਨਾਦੀ ਰੂਪ ਹੈਗਾ, ਜਿਹਨੂੰ ਕੋਈ ਸਿੱਖਿਆ ਹੋਵੇ, ਸਿੱਖ ਪਗੜੀ ਅਤੇ ਦਾੜੀ ਨਾਲ ਨਹੀਂ ਬਣਦਾ। ਅਤੇ ਇਸ ਕਰਕੇ ਉਹਨੂੰ ਜਦੋਂ ਦੱਸਿਆ ਵੀ ਮੁਸਲਮਾਨ ਜਿਹੜਾ ਹੁੰਦਾ ਉਹ ਰਹਿਮ ਦਿਲ ਹੁੰਦਾ ਹੈਗਾ, ਸੱਚਾ ਸੰਤੋਖੀ ਅਤੇ ਰਹਿਮ ਦਿਲ, ਅਤੇ ਨਾਲੇ ਦੱਸਿਆ ਵੀ ਲਾਲਿਆਂ ਦੀ ਸ਼ਰਾਰਤ ਸੀਗੇ, ਲਾਲਾ ਗਾਂਧੀ, ਲਾਲਾ ਤਾਰਾ ਸਿੰਘ ਅਤੇ ਲਾਲਾ ਮੁਹੰਮਦ ਅਲੀ ਜਿਨਾਹ, ਤਿੰਨੇ ਲਾਲੇ ਸੀਗੇ। ਅਤੇ ਜਦੋਂ ਇਹ ਸਮਝਾਈ ਇਸ ਗੱਲ, ਉਹ ਕਹਿੰਦਾ ਸਾਡੇ 'ਚ ਕੋਈ ਦੁਸ਼ਮਣੀ ਨਹੀਂ। ਉਹ ਫਿਰ ਆਇਆ ਸੀ ਦੁਸ਼ਮਣ ਬਣ ਕੇ ਹਮਲਾ ਕਰਨ ਦੀ ਨੀਅਤ 'ਤੇ, ਉਹੀ 2000 ਆਦਮੀ ਇਕੱਠੇ ਕਰਕੇ ਕਹਿੰਦਾ ਇਹਨਾਂ ਦੀ ਰਾਖੀ ਰੱਖਣੀ ਹੈਗੀ, ਇਹ ਸਾਡੇ ਮਹਿਮਾਨ ਹੈਗੇ ਨੇ, ਇਹਨਾਂ ਦਾ ਮਹਿਮਾਨਾਂ ਵਾਂਗੂ ਤੁਸੀਂ ਕਰਨਾ ਹੈਗਾ ਤੁਹਾਨੂੰ ਇਹਨਾਂ ਨਾਲ ਸਲੂਕ, ਅਤੇ ਕੀਤਾ ਵੀ ਉਹਨਾਂ ਨੇ। ਇਹਨੂੰ ਕਹਿੰਦੇ ਇਨਸਾਨ ਦੇ ਪੁੱਤਰ ਸੀ ਦੋਨੋਂ, ਬੇਸ਼ੱਕ ਅਸੀਂ ਵੱਖਰੀਆਂ ਕੌਮਾਂ ਦੇ ਸੀਗੇ, ਰਾਈ ਇੱਥੇ ਸ਼ਰਾਰਤੀ ਕੌਮ ਹੈਗੀ ਇਹਨਾਂ ਜ਼ਿੰਮੀਦਾਰਾਂ 'ਚੋਂ, ਲੇਕਿਨ ਫਿਰ ਵੀ ਉਸਨੇ ਦੇਖ ਲਓ ਵੀ ਜਦੋਂ ਇਨਸਾਨ ਦਾ ਪੁੱਤਰ ਬਣ ਜਾ ਨਾ ਉਦੋਂ ਜਿਹੜਾ ਪਿਆਰ ਹੁੰਦਾ ਨਾ ਉਹ ਅਲੱਗ ਹੀ ਹੁੰਦਾ ਹੈਗਾ। ਅਤੇ ਇਸ ਕਰਕੇ ਜਿਹੜਾ ਪਲਾਨਟ ਹੈਗਾ ਇਹੋ ਅਰਥ, ਇਹ ਆਦਮ ਦੇ ਪੁੱਤਰਾਂ ਲਈ ਹੈਗਾ, ਕਿਸੇ ਵੀ ਕੌਮ ਦੇ ਹੋਣ ਉਹਨਾਂ 'ਚ ਪਿਆਰ ਹੋਏਗਾ। ਲੇਕਿਨ ਜਦੋਂ ਉਹ ਸ਼ੈਤਾਨ ਦੇ ਪੁੱਤਰ ਬਣ ਜਾਂਦੇ ਨੇ, ਯਾਨੀ ਕਿ ਜਦੋਂ ਆਪਣੀ ਕੌਮ ਸਿੱਖ ਕਹਿਣ ਲੱਗ ਪੈਂਦੇ ਨੇ ਜਾਂ ਮੁਸਲਮਾਨ ਜਾਂ ਹਿੰਦੂ ਜਾਂ ਜਿਊ, ਇਹ ਕੌਮਾਂ ਨਹੀਂ ਹੈਗੀਆਂ, ਮਜ਼ਹਬੀ ਜਮਾਤਾਂ ਨੇ। ਅਤੇ ਜਦੋਂ ਇਹ ਕੌਮਾਂ ਬਣਾ ਲੈਂਦੇ ਨੇ ਉਦੋਂ ਦੇਖ ਲਓ ਜਦੋਂ ਇੰਡੀਆ ਪਾਕਿਸਤਾਨ ਲੜਾਈ ਲੱਗੀ ਤਾਂ ਕਿੱਦਾਂ ਮਰੇ ਨੇ, ਅਖੇ ਜੀ ਉਹ ਪਗੜੀ ਬੰਨੀ ਉਹ ਸਿੱਖ ਹੈਗਾ ਉਹਨੂੰ ਮਾਰ ਦਿਓ, ਸਿੱਖ ਤਾਂ ਹੁੰਦਾ ਨਾਦੀ ਰੂਪ, ਉਹ ਨਾ ਜੰਮਿਆ ਨਾ ਮਰਿਆ, ਬੋਲਣ 'ਤੇ ਪਤਾ ਲੱਗਦਾ। ਇੱਦਾਂ ਉਹ ਜਿਹੜੇ ਕੌਮਾਂ ਦੇ ਲੋਕ ਮਰੇ ਸੀਗੇ, ਕਿਉਂ ਉਹ ਸ਼ੈਤਾਨ ਦੇ ਪੁੱਤਰ ਬਣ ਗਏ ਸੀਗੇ। ਉਹਨਾਂ ਵਿਚਾਰਿਆਂ ਨੂੰ ਬਾਹਲਾ ਪਤਾ ਨਹੀਂ ਸੀਗਾ ਵੀ ਸਿੱਖ ਕੌਮ ਕਹਿ ਕੇ ਕੀ ਬਣੀਦਾ ਹੈਗਾ। ਹੁਣ ਵੀ ਜਿਹੜੇ ਹੈਗੇ ਨੇ ਪੰਜਾਬ ਵਿੱਚ ਹੈਗੇ ਇੰਡੀਆ 'ਚ, ਉਹ ਵੀ ਆ ਸਿੱਖ ਕੌਮ 'ਤੇ ਆਪਣੇ ਲੱਗੇ ਰੌਲਾ ਪਾਉਣ, ਉਹਨਾਂ ਨੂੰ ਪਤਾ ਨਹੀਂ ਕਿ ਜਦੋਂ ਜੇ ਹੁਣ ਮੈਂ ਆਪਣੀ ਕੌਮ ਸਿੱਖ ਕਹਾਂ ਅਤੇ ਮੇਰੀ ਜਿਹੜੀ ਜੱਟ ਕੌਮ ਨੂੰ ਆਪਣੇ ਜਵਾਬ ਦਿੱਤਾ, ਜਦੋਂ ਜੱਟ ਕੌਮ ਨੂੰ ਜਵਾਬ ਦਿੱਤਾ ਅਤੇ ਆਪਣਾ ਮੈਂ ਆਦਮ ਦੇ ਪੁੱਤਰ ਨਹੀਂ ਰਹਿੰਦਾ, ਫਿਰ ਮੈਂ ਸਨ ਆਫ ਮੈਨ ਨਹੀਂ ਰਹਿੰਦਾ ਪਰ ਸਨ ਆਫ ਸੈਟਨ ਬਣ ਜਾਂਦਾ, ਸ਼ੈਤਾਨ ਦਾ ਪੁੱਤਰ ਬਣ ਜਾਂਦਾ ਜਦੋਂ ਸਿੱਖ ਕੌਮ ਕਹਿੰਦਾ ਆਪਣੇ ਆਪ ਨੂੰ। ਇਸ ਕਰਕੇ ਤੁਸੀਂ ਗੁਰਦੁਆਰਿਆਂ 'ਚ ਜਾਓ, ਉੱਥੇ ਲੋਕ ਕੀ ਕਹਿੰਦੇ ਨੇ, ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਜੀ, ਸਿੱਖ ਮਰ ਗਿਆ ਜੀ। ਉਹਨਾਂ ਨੂੰ ਪੁੱਛਿਆ ਵੀ ਸਿੱਖ ਜੰਮਿਆ ਕਦੋਂ ਸੀ ਜਿਹੜਾ ਮਰ ਗਿਆ, ਜੰਮਦੀਆਂ ਕੌਮਾਂ ਦੇ ਲੋਕ ਹੈਗੇ ਨੇ, ਲੋਕ ਕੌਮਾਂ ਦੇ ਲੋਕ ਜੰਮੇ, ਕੌਮਾਂ ਦੇ ਲੋਕ ਮਰੇ, ਅਤੇ ਉੱਥੇ ਬੋਲਣਾ ਕੂੜ, ਅਤੇ ਫਿਰ ਬਾਹਰ ਆ ਕੇ ਕਹਿਣਾ ਜੀ ਸਾਨੂੰ ਜੁੱਤੀਆਂ ਪੈਂਦੀਆਂ ਨੇ, ਜਿੱਦਾਂ ਹੁਣ ਹਰਿਮੰਦਰ ਸਾਹਿਬ ਵਿੱਚ ਉੱਥੇ ਹਥਿਆਰ ਲਿਜਾਣਾ ਮਨਾ ਹੈਗਾ, ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨਹੀਂ ਗਏ ਉੱਥੇ
ਜਦ ਕਿ ਖਾਲਸਾ ਦਾ ਪਿਓ ਨਹੀਂ ਉੱਥੇ ਗਿਆ ਅਤੇ ਖਾਲਸੇ ਉੱਥੇ ਕੀ ਕਰਦੇ ਸੀ ਲੈ ਕੇ ਕਿਰਪਾਨਾਂ। ਅਤੇ ਇੱਦਾਂ ਹੀ ਇਹ ਜਿਹੜਾ ਹੈਗਾ ਹਰਿਮੰਦਰ ਸਾਹਿਬ ਹੈਗਾ ਹਰ ਇੱਕ ਨੂੰ ਖੁੱਲ੍ਹਾ ਦਰ ਹੈਗਾ। ਹਰਿਮੰਦਰ ਸਾਹਿਬ ਜਿਹੜਾ ਹੈਗਾ ਇਹ ਸਿੱਖਾਂ ਲਈ ਭਗਤਾਂ ਲਈ ਹੈਗਾ, ਅਕਾਲ ਤਖ਼ਤ ਜਿਹੜਾ ਹੈਗਾ ਉਹ ਨਿਰਮਲੇ ਸੰਤਨ ਲਈ ਹੈਗਾ। ਪਰ ਖੱਤਰੀਆਂ ਨੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਵੀ ਨਹੀਂ ਅੰਦਰ ਵੜਨ ਦਿੱਤਾ ਸੀ। ਅਤੇ ਜਦੋਂ ਨਿਰਮਲੇ ਸੰਤ ਆਏ ਸੀ ਇੱਥੇ ਆਪਣੇ ਤਖ਼ਤ 'ਤੇ ਬੈਠਣ ਲਈ, ਇਹ ਜਿਹੜੇ ਸੋਢੀ ਖੱਤਰੀ ਜਿਹਨਾਂ ਨੇ ਹਰਿਮੰਦਰ 'ਤੇ ਕਬਜ਼ਾ ਕੀਤਾ ਸੀ ਉਹਨਾਂ ਚੱਕ ਕੇ ਬਾਹਰ ਮਾਰਿਆ ਅਤੇ ਉਹਨਾਂ ਨੂੰ ਉੱਥੇ ਬਾਹਰ ਖੜ੍ਹਾ ਉਹਨਾਂ ਨੇ ਕਰ ਲਿਆ। ਅਤੇ ਆਪ ਇਹ ਸ਼ੈਤਾਨ ਲੋਕ ਉੱਥੇ ਬੈਠੇ ਰਹਿ ਗਏ। ਅਤੇ ਹੁਣ ਜਿਹੜੇ ਬੈਠੇ ਨੇ ਉੱਥੇ ਖਾਲਸੇ ਆਪਣੇ ਕਿਰਪਾਨਾਂ ਪਾਈਆਂ ਹੋਈਆਂ ਨੇ ਅਤੇ ਤਨਖਾਹਾਂ ਲੈਂਦੇ ਨੇ, ਜਾਂ ਤਨਖਾਹ ਨਹੀਂ ਲੈਂਦੇ ਤਾਂ ਹੋਰ ਹੀ ਕੋਈ ਬਣਾ ਲੈਂਦੇ ਨੇ ਕੋਈ ਢੰਗ ਨਾਲ ਢੁੰਗ, ਸਾਰੇ ਲੁੱਟ ਮਾਰ ਦਾ ਕੰਮ ਹੈਗਾ। ਇਸ ਕਰਕੇ ਸੋਨਾ ਅਤੇ ਅਕਾਲ ਪੁਰਖ ਵਿੱਚ ਕੀ ਜੋੜ ਹੈਗਾ? ਅਤੇ ਇਹ ਸਾਰਾ ਖੱਤਰੀਆਂ ਨੇ, ਇਹ ਜੱਟ ਸਾਰਿਆਂ ਨਾਲ ਮੂਰਖ ਹੈਗੇ ਨੇ। ਰਾਜਾ ਰਣਜੀਤ ਸਿੰਘ ਸੰਧੂ ਸੀਗਾ ਜੱਟ, ਉਹਦੇ ਕਾਬੂ ਆ ਗਿਆ ਅਤੇ ਉਹਦੇ ਤੋਂ ਸੋਨਾ ਲਗਵਾ ਲਿਆ ਅਤੇ ਸਾਰਾ ਕੁਛ ਕਰ ਲਿਆ। ਜੱਟ ਜਿਹੜੇ ਹੈ ਡਿਵੋਸ਼ਨ ਬਹੁਤ ਹੈਗੀ ਇਹਨਾਂ ਦੇ, ਇਹ ਆਪਣੇ ਪੰਥ ਲਈ ਇਹਨਾਂ ਜੋ ਮਰਜ਼ੀ ਇਹਨਾਂ ਤੋਂ ਲੈ ਲਓ ਤੁਸੀਂ, ਇਹ ਤਿਆਰ ਹੈਗੇ ਨੇ। ਪਰ ਜਿਹੜੇ ਖੱਤਰੀ ਸ਼ੈਤਾਨ ਹੈਗੇ ਨੇ ਉਹ ਇਸ ਚੀਜ਼ ਨੂੰ ਸੋਚ ਦੇਖ ਲੈਂਦੇ ਨੇ ਵੀ ਇਹ ਬੜੇ ਡਿਵੋਟਿਡ ਹੈਗੇ ਨੇ, ਬੜੇ ਮਿੱਠੇ ਪਿਆਰੇ ਹੋ ਕੇ ਉਹਨਾਂ ਤੋਂ ਫਿਰ ਲੁੱਟ ਲੈਂਦੇ ਉਹਨਾਂ ਨੂੰ। ਫਿਰ ਵੀ ਇਹ ਲੁੱਟ ਕੇ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਲੁੱਟੇ ਗਏ। ਜਿੱਦਾਂ ਕਿ ਉੱਥੇ ਬਾਬਾ ਬਕਾਲੇ 22 ਮੰਜੀਆਂ ਡਾਹ ਕੇ ਬਹਿ ਗਿਆ ਸੀ, ਲੋਕ ਉੱਥੇ ਜਾਂਦੇ ਸੀਗੇ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿਹੜਾ ਹੈਗਾ ਸੱਚਾ ਸਤਿਗੁਰੂ। ਅਤੇ ਉਹ ਸਾਰਿਆਂ ਨੂੰ ਉੱਥੇ ਪੂਜਾ ਹੁੰਦੀ ਸੀਗੀ। ਮੱਖਣ ਸ਼ਾਹ ਲਬਾਣਾ ਸੁਰਤੀ ਵਾਲਾ ਗਿਆ, ਉਹਨੂੰ ਦੇਖਿਆ ਵੀ ਇਹ ਤਾਂ ਜਿਹੜੇ ਹੈਗੇ ਨੇ ਸਤਿਗੁਰੂ ਹੁੰਦਾ ਉਹ ਤਾਂ ਅੰਤਰ ਸਾਰਾ ਕੁਛ ਬੁੱਝ ਲੈਂਦਾ ਦਿਲ ਦੀ ਗੱਲ, ਇਹ ਤਾਂ ਸਾਰੇ ਪਖੰਡੀ ਬੈਠੇ ਨੇ, ਉਹਨਾਂ ਦੀਆਂ ਚਾਲ ਪਲੂਸੀਆਂ 'ਚ ਨਹੀਂ ਆਇਆ ਉਹ। ਅਤੇ ਉਹਨੇ ਫਿਰ ਸੱਚਾ ਜਿਹੜਾ ਸੀ ਸਤਿਗੁਰੂ ਤੇਗ ਬਹਾਦਰ ਜੀ ਉਹ ਢੂੰਡ ਕੇ ਤਾਂ ਉਹਨੂੰ ਬਾਹਰ ਕੱਢਿਆ। ਯਾਨੀ ਖੱਤਰੀ ਜਿਹੜੇ ਸ਼ੈਤਾਨ ਇੰਨੇ ਲੋਕ ਹੈਗੇ ਨੇ। ਜਦੋਂ ਪ੍ਰਿਥੀ ਚੰਦ ਸੀਗਾ ਉਦੋਂ ਉਹ ਉਗਰਾਹੀ ਕਰਕੇ ਲੰਗਰ ਚਲਾਵੇ ਅਰਜਨ, ਅਤੇ ਉਗਰਾਹੀ ਕਰਕੇ ਪ੍ਰਿਥੀ ਚੰਦ ਆਪਣੇ ਘਰ ਨੂੰ ਲੈ ਜਾਵੇ। ਅਤੇ ਹੁਣ 22 ਮੰਜੀਆਂ ਡਾ ਕੇ ਬਹਿ ਗਏ ਉਸੇ ਪਿੰਡ 'ਚ ਹੀ, ਉਹਨਾਂ ਨੂੰ ਪਤਾ ਸੀ ਵੀ ਇੱਥੇ ਹੀ ਹੈਗਾ ਉਹ, ਯਾਨੀ ਕਿ ਦੀਏ ਥੱਲੇ ਅੰਧੇਰਾ। ਅਤੇ ਇਸ ਤਰ੍ਹਾਂ ਇਹ ਖੱਤਰੀ ਉੱਥੇ ਬਹਿ ਗਿਆ। ਅਤੇ ਇਹ ਜਿਹੜਾ ਹੈਗਾ ਆਪਣੇ ਕਿ ਸਤਿਯੁਗ ਕਲਯੁਗ ਹੈਗਾ, ਇਹ ਸੁਰਤੀ ਦਾ ਸਮਾਂ ਹੈਗਾ। ਅਤੇ ਇਸ ਕਰਕੇ ਜੇ ਤੁਸੀਂ ਸੁਰਤੀ ਨਾਲ ਆਪਣੇ ਇਨਸਾਨ ਦੇ ਪੁੱਤਰ ਬਣੋਗੇ ਨਾ, ਤਾਂ ਤੁਸੀਂ ਅਮਨ ਚੈਨ ਨਾਲ ਰੋਟੀ ਖਾਓਗੇ, ਨਹੀਂ ਤਾਂ ਤੁਹਾਨੂੰ ਰੋਟੀ ਖਾਣ ਦਾ ਨਹੀਂ ਉੱਥੇ ਉਹਨੇ ਬੈਠਣ ਦੇਣਾ ਸ਼ੈਤਾਨ ਨੇ। ਇਸੇ ਕਰਕੇ ਹਾਜੀ 'ਚ ਜਿਹੜਾ ਹੈਗਾ, ਹਾਜੀ 'ਚ ਜਦੋਂ ਮੁੰਡਾ 12 ਤੋਂ 16 ਸਾਲ ਦਾ ਹੁੰਦਾ, ਜਦੋਂ ਸ਼ੈਤਾਨਾਂ ਨੂੰ ਭਗਾ ਦਿੰਦਾ ਸਾਰਿਆਂ ਨੂੰ, ਫਿਰ ਉਹਨੂੰ ਖਾਣ ਨੂੰ ਬੱਕਰਾ ਮਿਲਦਾ ਹੈਗਾ, ਫਿਰ ਉਹ ਰਲ ਮਿਲ ਕੇ ਪਿਓ ਪੁੱਤਰ ਖਾਂਦੇ ਨੇ। ਇਸੇ ਕਰਕੇ ਜੇ ਇਸ ਪਲੈਨਟ 'ਤੇ ਰਹਿਣਾ ਕਿਸੇ ਨੇ ਅਮਨ ਚੈਨ ਨਾਲ, ਉਹ ਇਨਸਾਨ ਦਾ ਪੁੱਤਰ ਬਣ ਕੇ ਰਹਿ। ਇਸ ਕਰਕੇ ਗਣੇਸ਼ ਜਿਹੜਾ ਹੈਗਾ ਉਹਦੀ ਜਿਹੜਾ ਫੋਟੋ ਜਦੋਂ ਦਿਖਾਉਂਦੇ ਨੇ, ਉਹਦਾ ਵੱਡਾ ਸਾਰਾ ਢਿੱਡ ਦਿਖਾਉਂਦੇ ਨੇ ਕਿ ਉਹ ਖਾਣ ਪੀਣ ਨੂੰ ਉਹਦੇ ਕੋਲ ਬਹੁਤ ਕੁਛ ਹੈਗਾ, ਯਾਨੀ ਕਿ ਉਹ ਇੰਨਾ ਹੈਗਾ ਖਾਣ ਪੀਣ ਨੂੰ, ਉਹਦੇ ਹੱਥ 'ਚ ਲੱਡੂ ਹੈਗੇ ਨੇ, ਉਹਦੇ 'ਚ ਹੋਰ ਚੀਜ਼ਾਂ ਖਾਣ ਵਾਲੀਆਂ ਵਧੀਆ ਵਧੀਆ ਮਠਿਆਈਆਂ ਉਹਦੇ ਮੂਹਰੇ ਰੱਖੀਆਂ ਹੋਈਆਂ ਨੇ, ਯਾਨੀ ਕਿ ਉਹਨੂੰ ਕੋਈ ਕਸਰ ਨਹੀਂ ਹੈਗੀ ਖਾਣ ਪੀਣ ਦੀ, ਭੁੱਖਾ ਨਹੀਂ ਹੈਗਾ ਉਹ ਰਹਿੰਦਾ, ਭੁੱਖੇ ਦਾ ਪੇਟ ਨਹੀਂ ਐਡਾ ਵੱਡਾ ਹੁੰਦਾ। ਇਸ ਕਰਕੇ ਜਿਹੜਾ ਹੁੰਦਾ ਇਨਸਾਨ ਆਪਣੇ ਅਮਨ ਚੈਨ ਨਾਲ ਰਹਿੰਦਾ ਹੈਗਾ, ਅਤੇ ਉਹ ਫਿਰ ਰੋਟੀ ਖਾਂਦਾ ਅਮਨ ਚੈਨ ਨਾਲ, ਅਤੇ ਉਹ ਆਪਣੇ ਅਨਾਜ ਜਿੱਤੀ ਅਤੇ ਆਪਣੇ ਮਜ਼ੇ ਕਰਦਾ ਹੈਗਾ। ਲੇਕਿਨ ਜਦੋਂ ਇਹ ਸ਼ੈਤਾਨ ਆ ਜਾਂਦੇ, ਜਿੱਦਾਂ ਸੈਕਟੇਰੀਅਨ ਰੋਇਡਸ ਬਣੇ ਕਿ 1947 ਵਿੱਚ, ਉਦੋਂ ਕਿੰਨਾ ਲੋਕਾਂ ਤਰਫਦੇ ਸੀਗੇ, ਮੈਂ ਵੀ ਉਦੋਂ 14 ਸਾਲ ਦਾ ਸੀ, 15 ਦਾ, ਸਾਨੂੰ ਪਤਾ ਨਹੀਂ ਇਹ ਹੁੰਦਾ, ਰਾਤ ਨੂੰ ਜਦੋਂ ਸੌਂਦਾ ਸੀ ਤਾਂ ਪਤਾ ਨਹੀਂ ਵੀ ਅੱਜ ਕੱਲ੍ਹ ਨੂੰ ਸਵੇਰੇ ਹੋਣਾ ਕਿ ਨਹੀਂ, ਕਿਉਂਕਿ ਦੇਖੀਦਾ ਸੀ ਉੱਥੇ ਅੱਗਾਂ ਲੱਗੀਆਂ ਆਈਆਂ, ਆਹ ਲਗਾਇਆ, ਅਤੇ ਸਾਰੇ ਦਹਿਲ ਜਾਂਦੇ ਸੀਗੇ। ਅਤੇ ਇਸ ਕਰਕੇ ਜਿਹੜਾ ਹੈਗਾ ਇਨਸਾਨ ਦੇ ਪੁੱਤਰ ਬਣੋ ਅਤੇ ਤੁਸੀਂ ਅਮਨ ਚੈਨ ਨਾਲ ਰਹੋਗੇ। ਅਤੇ ਇਸੇ ਕਰਕੇ ਜਿਹੜੇ ਸ਼ਿਵ ਦੇ ਪੁੱਤਰ ਸਨ, ਉਹਨਾਂ ਨੂੰ ਕਿਹਾ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ, ਦੇ ਸ਼ਿਵਾ ਵਰ ਮੋਹੇ, ਕਿ ਇਹ ਇਨਸਾਨ ਦੇ ਪੁੱਤਰੋ ਆਓ ਆਪਾਂ ਸ਼ੈਤਾਨ ਨਾਲ
ਲੜੀਏ। ਥੈਂਕ ਯੂ।